27 अगस्त 2023 ਦਾ ਇਹ ਦਿਨ ਜਦੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੰਜਾਬੀ ਬੋਲੀ ਬਾਰੇ ਜਿਨ੍ਹਾਂ ਲੋਕਾਂ ਨੇ ਯੋਗਦਾਨ ਪਾਇਆ ਹੈ ਜਿਹੜੇ ਗੱਲ ਕਰਦੇ ਸਨ ਸਮਿਆਂ ਦੇ ਨਾਲ ਉਹ ਆਉਣ ਵਾਲੇ ਸਮੇਂ 'ਚ ਸਦੀਆਂ ਬਾਅਦ ਵੀ ਗੱਲ ਕਰਨਗੇ ਤੇ ਅੱਜ ਦੇ ਦਿਨ ਦੀ ਗੱਲ ਕਰਨਗੇ ਕਿਉਂਕਿ ਅੱਜ ਸਰਦਾਰ ਦਲਬੀਰ ਸਿੰਘ ਕਥੂਰੀਆ ਜੀ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਪ੍ਰਾਪਰਟੀ ਤੇ ਇਹ ਵਿਸ਼ਵ ਪੰਜਾਬੀ ਜਿਹੜੀ ਉਹਨਾਂ ਦੀ ਸੰਸਥਾ ਹੈ ਉਹਨਾਂ ਵੱਲੋਂ ਪੰਜਾਬੀ ਭਵਨ ਜਿਹੜਾ ਇੱਥੇ ਬਣਾਇਆ ਗਿਆ ਹੈ ਨਿਰਮਾਣ ਕੀਤਾ ਗਿਆ ਹੈ ਬੜੀ ਦੇਰ ਦਾ ਇਹ ਲੋਕਾਂ ਦਾ ਇੱਕ ਸੁਪਨਾ ਸੀ ਖਾਸ ਕਰਕੇ ਸਾਡੇ ਪੰਜਾਬ ਵਿੱਚ ਵਸਦੇ ਮਿੱਤਰ ਗੁਰਭਜਨ ਗਿੱਲ ਦਾ ਇਹ ਸੁਪਨਾ ਸੀ ਕਿ ਜਿਵੇਂ ਸੁਖੀ ਬਾਠ ਹੋਣਾ ਨੇ ਸਰੀ ਦੇ ਵਿੱਚ ਵੈਨਕੂਵਰ ਦੇ ਵਿੱਚ ਪੰਜਾਬੀ ਭਵਨ ਬਣਾਇਆ ਹੈ ਇੱਥੇ ਵੀ ਇਸ ਤਰ੍ਹਾਂ ਦੀ ਕੋਈ ਜਗ੍ਹਾ ਬਣ ਜਾਵੇ ਜਿੱਥੇ ਟਾਈਮ ਟੂ ਟਾਈਮ ਲੋਕ ਆ ਕੇ ਆਪਣੀਆਂ ਪੰਜਾਬੀ ਬਾਰੇ ਗੱਲਾਂ ਬਾਤਾਂ ਆਪਣੇ ਲੇਖ ਪੜ੍ਹਨ ਕਿਤਾਬਾਂ ਇੱਥੇ ਰਿਲੀਜ਼ ਕਰਨ ਅਤੇ ਹੋਰ ਤਰ੍ਹਾਂ ਪੰਜਾਬੀ ਦੀ ਪ੍ਰਮੋਸ਼ਨ ਬਾਰੇ ਗੱਲਾਂ ਬਾਤਾਂ ਹੋਣ ਅੱਜ ਜੋ ਦਿਨ ਹੈ ਜੀ ਅਸੀਂ ਇੱਥੇ ਸਾਰੇ ਆਏ ਹਾਂ ਮੈਂ ਇਸ ਮੁਕੱਦਸ ਦਿਨ 'ਤੇ ਕਥੂਰੀਆ ਸਾਹਿਬ ਨੂੰ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਔਰ ਅੱਛਾ ਸਮਾਗਮ ਹੈ ਔਰ ਸਾਰੇ ਮੈਟਰ ਫੈਕਟ ਸਾਰਿਆਂ ਨੂੰ ਮੈਂ ਵਧਾਈ ਦੇਣਾ ਚਾਹਾਂਗਾ ਅਤੇ ਕਥੂਰੀਆ ਪਰਿਵਾਰ ਨੂੰ ਖਾਸ ਕਰਕੇ ਧੰਨਵਾਦ ਕਰਨਾ ਚਾਹਾਂਗਾ ਜੀ ਥੈਂਕ ਯੂ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਬੜਾ ਖੁਸ਼ੀ ਵਾਲਾ ਦਿਨ ਆ ਕਿ ਵਿਸ਼ਵ ਪੰਜਾਬੀ ਸਭਾ ਵਿਸ਼ਵ ਪੰਜਾਬੀ ਭਵਨ ਦਾ ਲੋਕਾਰਪਣ ਹੋਇਆ ਜਿਹੜਾ ਸਰਦਾਰ ਦਲਬੀਰ ਸਿੰਘ ਕਥੂਰੀਆ ਜੀ ਵੱਲੋਂ ਉਹਨਾਂ ਦੇ ਫਾਦਰ ਸਾਹਿਬ ਦੀ ਕਿਰਪਾ ਦੇ ਨਾਲ ਸਰਦਾਰ ਸਵੇਕ ਸਿੰਘ ਜੀ ਕਥੂਰੀਆ ਜਿਨ੍ਹਾਂ ਦੇ ਪ੍ਰਯਾਸਾਂ ਸਦਕਾ ਅੱਜ ਵਿਸ਼ਵ ਪੰਜਾਬੀ ਭਵਨ ਦਾ ਲੋਕਾਰਪਣ ਅੰਟਾਰੀਓ ਦੇ ਵਿੱਚ ਹੋਇਆ ਹੈ ਅੰਟਾਰੀਓ ਸੂਬੇ ਨੂੰ ਇੱਕ ਇਤਿਹਾਸਿਕ ਦੇਣ ਹੈ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਨੂੰ ਬਹੁਤ ਵੱਡੀ ਵਧਾਈ ਹੋਵੇ ਕਿ ਇਹਨਾਂ ਨੇ ਅੱਜ ਪੰਜਾਬੀ ਭਵਨ ਦਾ ਨਿਰਮਾਣ ਕੀਤਾ ਵਾ ਅੱਜ ਇਹਨਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਪ੍ਰੋਗਰਾਮ ਇਹ ਹੋਇਆ ਕਿ ਇਹਨਾਂ ਨੇ ਪੰਜਾਬੀ ਭਵਨ ਦਾ ਅੱਜ ਨਿਰਮਾਣ ਕੀਤਾ ਵਾ ਅੱਜ ਸਾਡੇ ਵਾਸਤੇ ਬੜੀ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਡਾਕਟਰ ਬਲਬੀਰ ਸਿੰਘ ਕਥੂਰੀਆ ਜੀ ਨੇ ਇੱਥੇ ਇੱਕ ਪੰਜਾਬੀ ਭਵਨ ਬਣਾ ਕੇ ਅੱਜ ਇੱਕ ਬਹੁਤ ਵੱਡਾ ਇਤਿਹਾਸ ਸਿਰਜਿਆ ਔਰ ਜਿਨ੍ਹਾਂ ਵਿੱਚ ਕਿ ਇਹ ਬਹੁਤ ਵੱਡੀ ਗੱਲ ਜਿਹੜੀ ਹੈ ਮੈਂ ਅੱਜ ਉਹਨਾਂ ਦੀ ਗੱਲ ਸੁਣੀ ਮੈਂ ਇਸ ਗੱਲ ਤੋਂ ਬੜਾ ਮੁਤਾਸਰ ਹੋਇਆ ਕਿ ਕੈਨੇਡਾ ਦੇ ਵਿੱਚ ਇੱਥੇ ਓਨਟੋਰੀਓ ਦੇ ਵਿੱਚ ਜਿੰਨੀਆਂ ਵੀ ਸਭਾਵਾਂ ਨੇ ਜਿੰਨੇ ਵੀ ਅਲੱਗ ਅਲੱਗ ਤਰ੍ਹਾਂ ਦੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਉਹਨਾਂ ਨੇ ਉਹਨਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਕਿ ਉਹ ਇੱਥੇ ਆ ਕੇ ਕਵੀ ਦਰਬਾਰ ਕਰਨ ਨਾਟਕ ਕਰਨ ਜਾਂ ਜੋ ਵੀ ਉਹ ਕਰਨਾ ਚਾਹੁੰਦੇ ਨੇ ਮਾਂ ਬੋਲੀ ਵਾਸਤੇ ਕਰ ਸਕਦੇ ਨੇ ਮੈਂ ਸੋਚਦਾ ਕਿ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਅਤੇ ਮੈਨੂੰ ਇਹ ਖੁਸ਼ੀ ਹੈ ਕਿ ਅੱਜ ਜੋ ਹੈ ਅੱਜ ਇਹ ਇਤਿਹਾਸ ਸਿਰਜਿਆ ਜਾ ਰਿਹਾ ਹੈ ਅਤੇ ਮੈਨੂੰ ਇਸ ਗੱਲ ਦੀ ਵੀ ਬਹੁਤ ਖੁਸ਼ੀ ਹੈ ਕਿ ਡਾਕਟਰ ਕਥੂਰੀਆ ਜੀ ਨੇ ਇਸ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਇੱਕ ਬਹੁਤ ਵੱਡਾ ਇਤਿਹਾਸ ਦੇ ਵਿੱਚ ਆਪਣੀ ਵਡਮੁੱਲੀ ਭੂਮਿਕਾ ਜੋ ਹੈ ਉਹ ਸਿਰਜੀ ਹੈ ਸਭ ਤੋਂ ਪਹਿਲਾਂ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਆਪਣੇ ਬਾਰੇ ਦੱਸ ਦਵਾਂ ਮੇਰਾ ਨਾਮ ਕਵਲਜੀਤ ਸਿੰਘ ਲੱਕੀ ਜੋ ਕਿ ਮੈਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਜੋ ਬਣੀ ਹੈ ਉਹਦਾ ਭਾਰਤ ਦਾ ਜਨਰਲ ਸਕੱਤਰ ਹਾਂ ਜੀ ਇਹ ਸਾਡੇ ਭਾਰਤ ਦੀ ਜੋ ਟੀਮ ਬਣੀ ਹੈ ਸਰ ਦਲਬੀਰ ਜੀ ਕਥੂਰੀਆ ਜੀ ਵੱਲ ਦੀ ਇਹ ਮਿਹਨਤ ਸਦਕਾ ਕਿ ਇਹਨਾਂ ਨੇ ਮਾਂ ਬੋਲੀ ਪੰਜਾਬੀ ਲਈ ਬਹੁਤ ਵੱਡਾ ਉਪਰਾਲਾ ਕੀਤਾ ਹੈ ਅਤੇ ਉਹਦੇ ਲਈ ਅਸੀਂ ਸਾਰੇ ਪੰਜਾਬ ਤੋਂ ਇੰਡੀਆ ਤੋਂ ਜਿਹੜੇ ਜੁੜੇ ਹਾਂ ਇਹਨਾਂ ਨਾਲ ਅਤੇ ਉੱਥੇ ਮੈਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਕਿ ਮੈਂ ਪੂਰੇ ਭਾਰਤ ਦਾ ਜਨਰਲ ਸਕੱਤਰ ਹਾਂ ਜੀ ਅਤੇ ਸਾਨੂੰ ਇਹਨਾਂ ਵੱਲੋਂ ਬਹੁਤ ਵੱਡਾ ਜਿਹੜਾ ਵਾ ਇਹ ਦੇ ਰਹੇ ਨੇ ਕਿ ਕੋਈ ਕਿਸੇ ਦੀ ਕੰਮ ਹੋਵੇ ਕੋਈ ਕਿਸੇ ਬੱਚਿਆਂ ਦਾ ਕੋਈ ਪੰਜਾਬੀ ਲਈ ਕੋਈ ਕਿਸੇ ਘਰਾਂ ਦਾ ਹਰ ਤਰ੍ਹਾਂ ਦੀ ਹੈਲਪ ਲਈ ਇਹਨਾਂ ਵੱਲੋਂ ਸਾਨੂੰ ਪੂਰਾ ਜਿਹੜਾ ਸਹਿਯੋਗ ਦਿੱਤਾ ਜਾ ਰਿਹਾ ਜੀ ਅੱਜ ਸਾਰੇ ਪੰਜਾਬੀਆਂ ਲਈ ਮੈਂ ਤਾਂ ਕਹਾਂਗਾ ਮਾਨਵਤਾ ਲਈ ਸਾਰੇ ਲੋਕਾਂ ਲਈ ਬਹੁਤ ਖੁਸ਼ੀ ਵਾਲਾ ਦਿਨ ਵਾ ਮੈਂ ਪੰਜਾਬੀ ਹੁੰਦਾ ਹੋਇਆ ਇੱਕ ਮੈਂ ਸ਼ੇਅਰ ਕਹਾਂਗਾ ਕਿਸ ਸ਼ਾਇਰ ਨੇ ਕਿਹਾ ਸੀ ਵੀ ਲੋਕ ਕਹਤੇ ਹੈ ਕਿ ਬਦਲਤਾ ਹੈ ਜ਼ਮਾਨਾ ਅਕਸਰ ਮਰਦ ਵਹਿ ਹੈ ਜੋ ਜ਼ਮਾਨੇ ਕੋ ਬਦਲ ਦੇਤੇ ਹੈ ਕਥੂਰੀਆ ਸਾਹਿਬ ਨੇ ਉਹ ਕੰਮ ਕੀਤਾ ਇਹ ਬੜੀ ਦਲੇਰੀ ਹੁੰਦੀ ਆ ਮੈਨੂੰ ਮੇਰੇ ਬੜੇ ਦੋਸਤਾਂ ਨੇ ਕਹਿਣਾ ਕਿ ਮੈਂ ਲੀਡਰਸ ਯੂਨੀਅਨ ਦਾ ਉੱਥੇ ਪੰਜਾਬ ਦਾ ਜਨਰਲ ਸੈਕਟਰੀ ਸੀ ਇੰਜੀਨੀਅਰਿੰਗ ਕੀਤੀ ਹੈ ਐਸ ਡੀ ਓ ਐਕਸ ਸੀ ਐਨ ਐਸ ਸੀ ਉਸ ਰੈਂਕ ਨੂੰ ਜਾਓ ਉਹਦੇ ਲਈ ਕੁਛ ਕਰੋ ਪੰਜਾਬੀ ਦਾ ਕੋਈ ਨਾ ਵਾਹ ਵਾਸਤਾ ਨਾ ਇਹਦੇ ਨਾਲ ਤੁਹਾਨੂੰ ਕੋਈ ਸਰੋਕਾਰ ਨਾ ਇਹਦਾ ਕੋਈ ਫਾਇਦਾ ਹੋਣਾ ਕਈ ਵਾਰੀ ਮਨ ਚਾਹਾਂ ਕਿ ਵਾਕਈ ਗੱਲ ਠੀਕ ਹੈ ਵੀ ਕਾਹਦੇ ਲਈ ਐਮ ਏ ਦੀ ਪੰਜਾਬੀ ਕਰਨ ਦੀ ਲੋੜ ਸੀਗੀ ਪਰ ਜਿਸ ਤਰ੍ਹਾਂ ਉਸ ਪਰਮਾਤਮਾ ਨੂੰ ਉਸ ਅਕਾਲ ਪੁਰਖ ਨੂੰ ਉਹਨੇ ਕੋਈ ਨਾ ਕੋਈ ਕਾਰਨ ਬਣਾਇਆ ਹੁੰਦਾ ਜਿਹੜੇ ਸਾਨੂੰ ਕਿਸੇ ਵੇਲੇ ਸਮਝ ਨਹੀਂ ਹੁੰਦਾ ਆਈ ਡੋਂਟ ਨੋ ਕਦੋਂ ਕਥੂਰੀਆ ਸਾਹਿਬ ਦੇ ਅੰਦਰ ਇਹ ਬੀਜ ਪਿਆ ਹੋਣਾ
कि उन्होंने पंजाबी भाषा लिए कुछ करना और एक दिन इतिहास सिरजना है यह जरा पंजाबी भवन बना के। तो वो पंजाबी एम ए उदों काम आई जो मैं कनेडा आ गया, जो मेरा कभी सुपना नहीं आता, रेडियो किया, अखबार क्ढ़ी, वो पंजाबी एम ए हूँ काम आई। तो अज पंजाबी भाषा न जुड़ के इन्ना माण महसूस होंदा है, साड़ियाँ रगा दे विच भाषा है, साड़ी माँ बोली है, साड़े खून के अंदर है। तो जो पंजाबी गल करके मज़ा आता है, कह इनका गल जो अंदाज है वो अपनी भाषा तुसी कह सकते हो। तो मैं गल फिनिश करन तो पहला तो एक छोटी जी कहानी सुनान लगा। सिर्फ छोटी जी कहानी है कि चाणक्य बहुत वड्डा कूटनीतिक होया। तो होया कि एक बारी चंद्रगुप्त दे दरबार दे विच एक बंदा आ गया, उन्हूं दुनिया दीयां 35 भाषावां आंदियां सी। उन्हें चैलेंज किया कि मेरी माँ बोली दसो कि है। एक तो बाद एक तो बाद विद्वान आए, अरबी बोलन तो वह अरबी बोल दे, फारसी बोलन वो फारस, जिहड़ी भाषा बोलो परफेक्ट। रात पै गई, सारे बंदे थक गए, उहदी माँ बोली नहीं पता लगी। चाणक्य नूं कोल गए, वह कहते जी थक गए असीं, बंदे की माँ बोली कि पता नहीं लगती पई। चाणक्य कहता रुक जाओ, एक रात रुको, मैनू एक दिन का टाइम दिओ। उन्हें सोचा एक दिन च की होण लगा। सवेरे तड़के बहुत कड़ाके की ठंड सी, चाणक्य ने कहा बाल्टी लो पानी की। वह बंदा बिस्तरे च सी, उहदे मूँह ते जाके बाल्टी की पानी मारी, उबड़ वाए उठे, उन्हें गां कढ़ने शुरू कर दी, तेरी यह तेरी भाषा है? वह कहता हाँ जी यही मेरी भाषा है। जो असी अपने अंदर नाल जुड़े होंगे, अपनी ओरिजिनल होंगे, फिर साड़ी माँ बोली बाहर निकलती है, वही साड़ी असलीयत है, वही यही रहनी है ना जी। तो खुरिया साहब भैन जी बैठे हैं इत्थे, तो तुहानू जिहड़ा प्यार भैन जी होंदा तुहानू पंजाबी नूं तुसीं पा लिया है। तो एनीवे ये प्यार नूं जिंदा रखो, इस इश्क नूं, इस जनून नूं जिंदा रखो। तुसीं पता नहीं अजे की कुछ कर देना आने वाले समय च, ये शुरुआत होई है, ते बीज पिया, एक ऐसी जगह बन गई है। असीं भी दसांगे किसे ने साहित्यक फंक्शन करना है, किसी ने कुछ करना है, यह जगह अवेलेबल आने वास्ते।